दोने रेडियो बुक नहीं करा ली होंगे फ्रूट दी एवं लगे हुए दोने जने पहला दीदी पहला अमन उथो की खरीद लिया सब्जी लिया नहीं उरे जिथे आप ही तोलन लगी हुई समान अमरूद अमरूद तो ही लिया है अरे वो गगन तीन अमरूद हैं सरना ही इधर जेड़े हुण कैमरे च आउंदे कद्दू कड़े मौसम दा खाना आंटी कद्दू ले जा रही आ दे ओ दे ਤਾਨੂੰ ਕੀ ਪ੍ਰੋਬਲਮ ਹੈ ਮੈਂ ਇੱਕ ਪਿੰਡੀਆਂ ਲੈ ਕੇ ਗਈ ਮੈਂ ਕਿਹਾ ਬੇਮੌਸਮੀ ਸਬਜ਼ੀ ਨਹੀਂ ਮੈਂ ਜਿਹੜੀ ਇੱਕ ਸ਼ਾਪ ਤੇ ਗਈ ਹੈ ਨਾ ਉੱਥੇ ਵੀ ਅੰਕਲ ਕੱਦੂ ਦੀ ਸਬਜ਼ੀ ਖਾਂਦੇ ਮੈਨੂੰ ਦੇਖ ਕੇ ਐ ਹੋਣ ਲੱਗ ਗਿਆ ਮੈਂ ਕਿਹਾ ਹਾਏ ਅੰਕਲ ਕੱਦੂ ਦੀ ਸਬਜ਼ੀ ਖਾਂਦੇ ਬਿਨ ਮੌਸਮ ਲੈ 80 ਰੁਪਏ ਕਿਲੋ ਆ ਕੱਦੂ ਤੇ ਆ ਦੇਖੋ ਮਿੱਤਰੋ ਮੈਂ ਸਕੂਲ ਤੋਂ ਸਿੱਧੀ ਇੱਧਰ ਹੀ ਆ ਕੇ ਬੈਠੀ ਹਾਂ ਗੱਡੀ 'ਚ ਮੈਂ ਸਿਰਫ ਜਵਾਕਾਂ ਵਾਂਗਾ ਨਾਲ ਆਈ ਗੱਡੀ 'ਚ ਬੈਠੀ ਮੈਂ ਬਾਹਰ ਨਹੀਂ ਨਿਕਲਣ ਦੀ ਮੈਂ ਗੱਡੀ 'ਚ ਬੈਠੀ ਝੂਟੇ ਲੈ ਰਹੀ ਹਾਂ ਬਸ ਝੂਟੇ ਲਈ ਜਾ ਕੀ ਲੈਂਦੇ ਅਮਲੋਰੀ ਪਤਾ ਨਹੀਂ ਸੰਤਰੇ ਲੈ ਚੀਕੂ ਚੀਕੂ ਲੈਂਦੇ ਨੇ ਮੈਨੂੰ ਲੱਗਦਾ चीकू तो वध लैने जिनी जनता है हाँ उन्हें अंकल ने जी चाह फड़ी सब्जी फ्रूट आले ने कितनी वधिया लगन दी कह रहा है पी लो कहंदा चाह पी लो चाय पीने का मन कर रहा है चाय जाके पीएंगे हम वैसे तो मैं अपनी स्कूल चाह लेके गई हाँ मैं पी ली सीगी हुण घरे जाके पीवांगे मेरी घरे वेट करदे हुण इन्हां नूं मैं कहा सी मैं आ गई आ गई एक गड्डी और लंघी ते उत्थों मैनूं लग्गिया इह हड्डी गड्डी है मैनूं नहीं पता करिया बार गड्डी जाए गड्डी ते गगन दी आ रही स्कूल दी वैन गगन कहिंदी ब्रेज लंघ गई है मैं एक ब्रेज होर वेखी मैं लाओ मेड कर दे मैं ड्राइवर नूं हाथ दित्ता ड्राइवर ने सल्ला अच्छा दित्ता ही तां ही फिर उहने तां ही उहने गड्डी हौली कर ली मैंने कहा वीरे वीरे मैनूं इत्थे ही उतार दो कहिंदे किन्ने चढ़ना मैं चढ़ना नहीं मैं उतरना मैं हाथ स्टीयरिंग नाल ही बन ओ तू बन लिया मैनूं बणान दे देखो तो पे कुलविंदर पाजी खिड़कला सोशल मीडिया ते दसो भी तार पाजी नूं गड्डी नहीं चलानी आंदी आ देखो ਨੇ ਪਾਜੀ ਇਹਨਾਂ ਨੂੰ ਕਹਿੰਦਾ ਤੂੰ ਪਾਜੀ ਤੂੰ ਆ ਪਿੰਡ ਪਹੁੰਚਾ ਦੇਣ ਲੱਗਾ ਹੋਇਆ ਤੁਹਾਨੂੰ ਮੈਨੂੰ ਗੱਡੀ ਚਲਾਣੀ ਆਉਂਦੀ ਨਹੀਂ ਪਾਜੀ ਨੂੰ ਬਾਜ਼ਾਰ 'ਚ ਗੱਡੀ ਨਹੀਂ ਚਲਾਣੀ ਆਉਂਦੀ ਗੱਡੀ ਦੇ ਨਾਲ ਗੱਡੀ ਪਾਜੀ ਨੇ ਗੱਡੀ ਸਰਕਾਰੀ ਬਸ ਘਰ ਰੱਖੀ ਹੈ ਕਰੀਏ ਪਾਜੀ ਅਗਲੇ ਦੇ ਸਰਾਣੇ ਜਾ ਕੇ ਹੋਰ ਮਾਰਦਾ ਮੇਰੇ ਨਾ ਮੇਰੇ ਵਲੌਗਾਂ 'ਚ ਤੁਸੀਂ ਜਾ ਕੇ ਦੇਖੋ ਇੱਕ ਵਲੌਗ ਪਾਇਆ ਹੋਇਆ ਜਦੋਂ ਅਸੀਂ ਅੰਮ੍ਰਿਤਸਰ ਗਏ ਸੀ ਕਿ ਮੈਂ ਕਿਹਾ ਉਤਾਰਨਾ ਜਿਹੜੇ ਰੂਲ ਨੇ ਨਾ ਉਹ ਫੋਰਨ ਦੇ ਫੋਲੋ ਕਰਦੇ ਨੇ ਹੌਰਨ ਨਹੀਂ ਮਾਰਦੇ ਉਧਰ ਵੀ ਕਹਿੰਦੇ ਹੌਰਨ ਮਾਰਨਾ ਮਤਲਬ ਗਾਲ ਕੱਢਣ ਦੇ ਬਰਾਬਰ ਹੁੰਦਾ ਉਤਾਰਨਾ ਬਿਲਕੁਲ ਗੱਡੀ ਦੇ ਨਾਲ ਜਾ ਕੇ ਕਰਨਗੇ ਪੀ ਤੁਸੀਂ ਨਾ ਉਹ ਡਰ ਜਾਂਦਾ ਨਾ ਤਾਂ ਉਹ ਇੱਕਦਮ ਬ੍ਰੇਕ ਲਾ ਦੇ ਨਾਲ ਹੱਟ ਭਾਜੀ ਬ੍ਰੇਕ ਨਹੀਂ ਇਹ ਤੁਸੀਂ ਜਾਣ ਕੇ ਕਹਿ ਰਹੇ ਹੋ ਭਾਜੀ ਐਕਚੁਅਲੀ ਚ ਨਰਵਸ ਹੋ ਜਾਂਦੇ ਨੇ ਇੱਧਰ ਜਿਹੜੇ ਪੱਕੇ ਡਰਾਈਵਰ ਨਾਲ ਬੈਠੇ ਬਹੁਤ ਖੁਸ਼ ਹੋ ਰਹੇ ਤਾਰ ਭਾਈ ਦੀ ਬੇਇੱਜ਼ਤੀ ਹੋ ਰਹੀ ਹੈ ਭਾਜੀ ਵਰਗਾ ਬੈਠਾ ਉਚਾਲੇ ਦੇ ਅਰੇ ਆ ਵੀ ਯਾਰਾ ਕੋਲੇ ਇਹ ਵੀ ਲੈਣੀ ਇੱਕ ਹੋਰ ਬੜੀ ਪਿਆਰੀ ਹੈ ਇਹ ਲੈਣੀ ਕਿ ਇਹਦੇ ਨਾਲ ਦੀ ਪੰਜ ਬਾਬੇ ਬੈਠੇ ਪੂਰੇ ਨਜ਼ਾਰੇ ਲੈ ਕੇ ਜਾ ਰਹੇ ਨੇ ਨਜ਼ਾਰੇ ਨਜ਼ਾਰੇ ਭਾਜੀ ਅਮਨ ਨੂੰ ਫਿਰ ਮਰੂਤੀ 'ਚ ਲੈ ਕੇ ਜਾਇਆ ਕਰਿਓ ਬਾਜ਼ਾਰ ਜਾਇਆ ਕਰਨਾ ਬਾਜ਼ਾਰ ਸੱਚੀ ਗੱਲ ਹੈ ਮਰੂਤੀ ਨੇ ਮਰੂਤੀ 'ਚ ਮਰੂਤੀ ਨੇ ਮਰੂਤੀ 'ਚ ਬਾਜ਼ਾਰ ਜਾਣਾ ਕਰਨਾ ਹੈ ਦੱਸੋ ਫਿਰ ਮਰੂਤੀ ਨਾਂ ਕਿਹਦਾ ਹੈ ਖਾਲੀ ਥਾਵਾਂ ਭਰੋ ਉਹ ਤੁਹਾਨੂੰ ਦੱਸਾਂਗੇ ਅਗਲੇ ਵਲੌਗ 'ਚ ਬਣੇ ਰਹੋ ਵਲੌਗ ਕੋਈ ਨਾ ਮਿਸ ਕਰਿਓ ਵੈਸੇ ਅੱਜ ਨਾ ਥੋੜਾ ਅਜੀਬ ਜਿਹਾ ਲੱਗ ਰਿਹਾ ਕਿ ਜਿਹੜੇ ਪੱਕੇ ਡਰਾਈਵਰ ਨੇ ਗੱਡੀ ਦੇ ਉਹ ਇੱਧਰ ਬੈਠੇ ਹੋਏ ਸਾਈਡ ਤੇ ਤੇ ਕੱਚੇ ਡਰਾਈਵਰ ਗੱਡੀ ਚਲਾਉਂਦੇ ਜਿਨ੍ਹਾਂ ਨੂੰ ਜਮਾ ਨਹੀਂ ਪਤਾ ਨਾ ਇੱਕ ਜਿ ਬੈਲੀਆਂ ਵਾਲੇ ਗਾਣੇ ਵੀ ਲਾਏ ਵਿੱਚ ਨਹੀਂ ਗਾਣੇ ਤੇ ਚੱਲਣ ਦੇ ਹਨ ਉਹ ਬੈਲੀਆਂ ਵਾਲੇ ਨੇ ਨਾ ਸਲੋ ਮੋਸ਼ਨ ਲਾਣੀ ਸੀ ਕਿੱਲਾ ਕਿ ਸਾਡੀ ਰੱਬ ਨੇ ਡਿਊਟੀ ਲਾਈ ਹੈ ਹੈ ਕਿਹੜਾ ਹੀ ਅੱਗੇ ਇਹ ਕੇ ਰੱਬ ਨੇ ਡਿਊਟੀ ਲਾਈ ਇੱਕ ਦੋ ਕੈਪਸੂਲ ਖਾ ਲਿਓ ਤਜਾਬ ਤੇ ਲਾਇਆ ਕਰੋ ਕੋਈ ਰੋਮਾਂਟਿਕ ਗੀਤ ਲਾਇਆ ਕਰੋ ਲੈ ਸਾਡੀ ਜਿਹੜੀ ਰੱਬ ਨੇ ਡਿਊਟੀ ਲਾਈ ਹੈ ਉਹੀ ਗਾਣੇ ਸੁਣਨੇ ਸਹੀ ਗੱਲ ਰਮਾਸ ਰਮੂਸ ਹੈ ਨਹੀਂ ਜ਼ਿੰਦਗੀ ਚ ਸਾਡੇ ਤਾਂ ਆਹੀ ਨੇ ਕਿੱਲੇ ਗੁੱਲੇ ਗੱਡਣ ਨਾਲ ਕੰਮ ਰਮਾਨ ਜਦੋਂ ਕਰਨਾ ਹੈ ਤਾਂ ਕਰ ਲਿਆ ਹੁਣ ਕਿੱਲੇ ਗੱਡਣ ਦੇ ਹੀ ਖਤਮ ਹੋ ਗਿਆ ਰਮਾਸ ਹੋ ਗਿਆ ਉਹ ਗਾਣਾ ਲਾ ਲਿਆ ਕਰੋ ਕਿਹੜਾ ਅਸੀਂ ਪਹਿਲਾ ਸੀ ਬੇਰੰਗ ਅਸੀਂ ਵਿਚਾਰੇ ਰੰਗ ਨਹੀਂ ਉਹ ਤੇ ਕਿਹਦੇ ਰੰਗ ਉਤਰੇ ਉਹਨੇ ਕਹਿਣਾ ਸੀ ਪਹਿਲਾ ਸੀ ਰੰਗ ਹੁਣ ਅਸੀਂ ਹੋ ਗਏ ਬੇਰੰਗ ਜਦੋਂ ਦੇ ਤੁਸੀਂ ਆ ਗਏ ਮਾਰਕੀਟ ਦੇ ਵਿੱਚ अज गलती ना सानू छुट्टी लेट हो गई सी छुट्टी जल्दी हो गई सी करके फिर मैं इन्हां दा मैनूं फोन आया रस्ते च सी गड्डी चलो जी मम्मी नूं मिल लो सारे जने कहंदे मम्मी किधर गए मम्मी किधर गए इन्ना मैनू नहीं याद करते इन्ना मम्मी नहीं याद करते तो आ लो मम्मी करो दर्शन मम्मी के धन धन हो जाओ मम्मी तो दर्शन करके सारे जने मम्मी तो फर्ज है सत श्रीकाल बुलाना तो मम्मी बुला नहीं है हाँ बोलो रोटी खा रोटी खानी है मैं तेनू
ਮੈਂ ਵੀ ਅੱਜ ਰੋਟੀ ਲੈ ਕੇ ਨਹੀਂ ਗਈ ਤੇ ਮੈਂ ਘਰੇ ਫੋਨ ਕੀਤਾ ਤੁਹਾਡੇ ਫੋਨ ਤੇ। ਤੇ ਮੈਂ ਫੋਨ ਕੀਤਾ, ਮੈਂ ਸੋਚਿਆ ਹਾਂਜੀ ਕੁਛ ਨਹੀਂ ਹੈਗਾ ਬਤੂ, ਇਹ ਤਾਂ ਚੋਕਲੇਟ ਦਿੱਤੀ ਸੀਗੀ ਸਕੂਲ ਕਿਸੇ ਦਾ ਬਰਥਡੇ ਸੀਗਾ, ਮੈਂ ਖਾ ਲਈ, ਮੈਨੂੰ ਭੁੱਖ ਲੱਗੀ ਸੀਗੀ, ਮੈਨੂੰ ਭੁੱਖ ਲੱਗੀ ਸੀਗੀ, ਮੈਂ ਅੱਜ ਲੰਚ ਨਹੀਂ ਲੈ ਕੇ ਗਿਆ ਸੀ। ਤੇ ਖੰਡ ਖੰਡ ਇੱਧਰ ਇੱਧਰ। ਓ ਮਾਈ ਗੋਡ, ਹੈਲੋ, ਕਿਵੇਂ ਹੋ? ਵਧੀਆ ਵਧੀਆ, ਤੁਸੀਂ? ਹਾਂਜੀ ਸਿਮੂ, ਹਾਂਜੀ ਯੈਸ ਡਾਰਲਿੰਗ, ਪਲੀਜ਼ ਆਪਣਾ ਗੰਦਾ ਸਮੂਹ ਇੱਧਰ ਕਰੇ। ਤੂੰ ਕਿਹਾ ਸੀਗਾ ਮੈਂ ਸੰਗਰੂਰ ਨਹੀਂ ਖੜਨੇ ਹੈਗੇ, ਮਾਸੀ ਤੁਹਾਨੂੰ ਦੇ ਕੇ ਜਾਊਂਗੀ, ਵੈਸੇ ਮੈਨੂੰ ਇਹ ਪਸੰਦ ਨਹੀਂ ਸਸਤੇ ਜੇ ਬੂਟ, ਘਟੀਆ ਜੇ ਬੂਟ ਮੈਂ। Why are you sitting there very very sad? What happened? ਕੁਛ ਵੀ ਨਹੀਂ, ਬੁਖਾਰ ਜਿਹਾ ਹੈ ਬੇਟਾ। ਇਹ ਜੋ ਤੇਰੀ ਮਾਸੀ ਹੈ ਨਾ, ਤੇਰੀ ਮਾਸੀ ਕੋ ਕੋਈ ਪਹਿਚਾਨੇ ਨਾ ਪਹਿਚਾਨੇ, ਲੇਕਿਨ ਤੇਰੀ ਮਾਸੀ ਸਭ ਕੋ ਪਹਿਚਾਨ ਲੈਤੀ ਹੈ ਬਾਈ ਫੇਸ। ਮੁਝੇ ਕੋਈ ਨਹੀਂ ਪਹਿਚਾਨਦਾ ਆਈ ਨੋ, ਬਟ ਮੈਂ ਸਭ ਕੋ ਪਹਿਚਾਨ ਲੈਤੀ ਹੂੰ ਕਿ ਮੇਰਾ ਬੱਚਾ ਸੈਡ ਹੈ, ਮੇਰਾ ਬੱਚਾ ਖੁਸ਼ ਹੈ। ਕਿਉਂ ਸੈਡ ਹੈ? ਵੈਸੇ ਬਸ ਬੁਖਾਰ ਸੋ ਰਿਹਾ। ਆਈ ਨੋ ਇਟਸ ਸੀਕ੍ਰੇਟ, ਵੀ ਵਿਲ ਡਿਸਕਸ ਇਟ ਆਫ ਕੈਮਰਾ। ਯੈਸ ਯੈਸ, ਇਟਸ ਓਕੇ। ਕੁਛ ਲੋਕ ਹੋਤੇ ਹੈ ਬੇਟਾ ਐਸੇ ਜੋ ਹਮਾਰੀ ਫੀਲਿੰਗਸ ਕੋ ਨਹੀਂ ਸਮਝਤੇ। ਓਕੇ, ਵੀ ਕਾਲ ਦੀਸ ਟਾਈਪ ਆਫ ਪੀਪਲ ਚੁੱਡੂ। ਓਕੇ, ਸੋ ਪਲੀਜ਼ ਡੋਂਟ ਟੇਕ ਟੈਨਸ਼ਨ ਆਫ ਦੀਸ ਸਟੂਪਿਡ ਪੀਪਲ, ਛੋੜ ਦੋ ਉਨਕੋ, ਛੋੜ ਦੋ ਉਨਕੋ। ਖਾਣਾ ਖਾਓਗੇ? ਦੇਖੋ ਜੀ, ਆਹ ਮੇਰਾ ਲੰਚ ਹੈ। ਅੱਜ ਮੈਂ ਸਕੂਲ ਲੰਚ ਨਹੀਂ ਲੈ ਕੇ ਗਈ, ਮੈਨੂੰ ਇੰਨੀ ਭੁੱਖ ਲੱਗੀ, ਮੈਂ ਘਰੇ ਫੋਨ ਕੀਤਾ, ਮੈਂ ਕਿਹਾ ਜੀ ਮੈਂ ਫੋਨ ਕਰਕੇ ਪਤਾ ਪੁਤਾ ਕਰਦੀ ਹਾਂ ਕੋਈ ਗੈਸਟ ਵੀ ਆਉਣ ਦੇ ਵੀ ਆਏ ਕਿ ਨਹੀਂ, ਤੁਹਾਨੂੰ ਪੁੱਛੂੰਗੀ ਵੀ ਲੰਚ ਕਿਵੇਂ ਆ, ਮੈਨੂੰ ਭੇਜ ਦਿਓ ਵੀ ਜੇ ਬਾਜ਼ਾਰ ਆਉਣਾ ਹੋਇਆ। ਬਟ ਫਿਰ ਮੈਂ ਫੋਨ ਲਾਉਂਦੀ ਲਾਉਂਦੀ ਨੇ ਮੂਡ ਚੇਂਜ ਕਰ ਲਿਆ ਅਤੇ ਮੈਂ ਵਿੱਚ ਹੀ ਫੋਨ ਕੱਟਤਾ। ਅਤੇ ਉੱਪਰੋਂ ਅਚਾਨਕ ਮੈਸੇਜ ਆ ਗਿਆ ਕਿ ਅੱਜ 3 ਵਜੇ ਨਹੀਂ 2 ਵਜੇ ਛੁੱਟੀ ਹੋਣੀ ਹੈ, ਅਤੇ ਮੈਂ ਤਾਂ ਖੁਸ਼ ਹੋ ਗਈ। ਫਿਰ ਅਸੀਂ ਬਾਜ਼ਾਰ ਜਾ ਕੇ ਬਸ ਹੁਣ ਵਾਪਸ ਆਏ ਹਾਂ, ਹੁਣ ਅਸੀਂ ਪੀਵਾਂਗੇ ਚਾਹ ਅਤੇ ਨਾਲ ਮੈਂ ਖਾਊਂਗੀ ਰੋਟੀ। ਦੀਦੀ ਤੇਰੀ ਇੰਨੀ ਬੇਇੱਜ਼ਤੀ ਕਰਦੀ ਹੈ, ਤੂੰ ਇਹਨੂੰ ਚਾਹ ਕਿਉਂ ਫੜਾ ਰਹੀ ਹੈ? ਮੈਂ ਉੱਤੇ ਹੀ ਪਾ ਦੇਣੀ ਤੁਹਾਡੇ। ਨਹੀਂ ਦੀਦੀ, ਤੂੰ ਇੰਨੀ ਬੇਇੱਜ਼ਤੀ ਕਰ, ਤੂੰ ਕਰਵਾ ਕੇ ਦੇ ਕੇ। ਮੈਂ ਬੇਇੱਜ਼ਤੀ ਇਹ ਜਿਹੜੀ ਮੇਰੀ ਬੇਇੱਜ਼ਤੀ ਕਰਨੀ ਨਾ, ਉਂਗਲ ਪਾ ਕੇ ਲਿਆਈ, ਜਿਹੜੇ ਗਾਂ ਫੜਨ ਵਾਲੇ ਉਹ ਵੀ ਉਂਗਲ ਪਾ ਕੇ ਚਾਹ। ਹਾਂ, ਉਹ ਵੀ ਉਂਗਲ ਪਾ ਕੇ ਫੜਨ ਦੇ। ਉਹ ਕਿਹੜਾ ਵਾਲੇ ਕਿਆ, ਉਹਨਾਂ ਦਾ ਵੀ ਮੂੰਹ ਇਹੋ ਜਿਹਾ, ਉਹ ਉਂਗਲ 'ਚ ਪਾ ਕੇ ਫੜਾਉਣ ਵਾਲੇ ਹੀ ਨੇ। ਇੱਧਰ ਆ ਬੰਦਿਆਂ ਦੇ ਨਜ਼ਾਰੇ ਜਦੋਂ ਦੇਖੋ ਰਜਾਈ ਚ ਪਏ, ਸਾਨੂੰ ਮੈਂ ਕਿਹਾ ਇਹਨਾਂ ਦੇ ਨਜ਼ਾਰੇ ਜਦੋਂ ਦੇਖੋ ਰਜਾਈ ਚ ਪਏ ਹੁੰਦੇ, ਆਉਂਦੇ ਆ ਜਾਂਦੇ ਆ। ਮੈਂ ਸਵੇਰੇ ਜਾਂਦੀ ਹਾਂ ਉਦੋਂ ਵੀ ਰਜਾਈ ਚ, ਉਹ ਤਾਂ ਮੂੰਹ ਵੀ ਦੇਖਦਾ ਹੁੰਦਾ, ਸਕੂਲ ਤੋਂ ਆਉਂਦੀ ਹਾਂ ਉਦੋਂ ਵੀ ਰਜਾਈ ਚ, ਇੱਕ ਬਾਹਰ ਤੇ ਇੱਧਰ ਰਿਪੋਰਟਰ ਤੇ ਰਿਪੋਰਟਰ ਚੜਿਆ ਪਿਆ ਰਿਪੋਰਟਰ ਇੱਧਰ। ਹਾਂਜੀ, ਇਹ ਕਾਹਤੋਂ ਮੱਚਿਆ ਪਿਆ ਇਹਨੂੰ, ਅੱਜ ਮੈਨੂੰ ਪਤਾ ਗਲਵਜ਼ ਨਹੀਂ ਲਿਆ ਕੇ ਦਿੱਤੇ ਹਨਾ, ਖੁਸ਼ੀ ਚ ਵੈਲਕਮ ਕੀਤਾ ਸੀ ਮੰਮੀ ਦਾ, ਵੀ ਮੰਮੀ ਆਏ ਨੇ ਤੇ ਤਾਂ ਕਰਕੇ ਅਸੀਂ ਇੰਨੀ ਡੈਕੋਰੇਸ਼ਨ। ਮੰਮੀ ਦਾ ਅਜੇ ਦਾ ਫੋਨ ਆਇਆ ਸਵੇਰ ਦਾ? ਸੱਚ ਕੋਈ ਰਾਏ ਦਾ ਸਮਾਨ ਕੋਰੀਅਰ ਕਰਵਾਤਾ ਤੇ ਯਾਰ ਮੈਂ ਇਸ ਵਾਰ ਫਿਰ ਚਿੱਠੀ ਲੈ ਕੇ ਭੇਜਣੀ ਸੀ ਤੇ ਮੈਂ ਭੁੱਲ ਗਈ, ਮਰਾਏ ਨੂੰ ਚਿੱਠੀ ਲੈ ਕੇ ਭੇਜਣੀ ਸੀ, ਮੇਰਾ ਬੜਾ ਉਦਣ ਰਾਏ ਦੀ ਪੱਗ ਲਾਂ ਤੇ ਮੈਂ ਸਵੇਰੇ ਸਕੂਲ ਚੱਲੀ ਤੇ ਮੈਨੂੰ ਲੱਗਿਆ ਇਹ ਕੱਪੜੇ ਅੱਜ ਜਾਣੇ, ਤੇ ਰਾਜੇ ਮੈਂ ਤੇਰੀ ਪੱਗ ਨੂੰ ਟੱਚ ਕਰਕੇ ਤੇ ਕਿੱਸੀ ਕੀਤੀ ਸੀ, ਮੈਂ ਰਾਜੇ ਕੋਲ ਜਾਣੀ ਇਹ ਪੱਗ, ਤੇ ਮੈਂ ਮੇਰੇ ਭਾਈ ਨੇ ਪੱਗ ਫੜਨੀ ਆਪਣੇ ਹੱਥਾਂ 'ਚ ਤੇ ਮੈਂ ਪੱਗ ਨੂੰ ਘੁੱਟ ਕੇ ਫੜ ਲਾਂ। ਉਹ ਖਾਣਾ ਨਹੀਂ ਪਰ ਉਹ ਤਿਲਾਂ ਦੀ ਆ ਚਾਹ ਕਿਹਦੀ ਪਈ ਯਾਰ ਇੱਥੇ, ਆ ਦੇ ਚਾਹ ਕਿੰਨੀ ਗਲਤ ਥਾਂ ਤੇ ਰੱਖੀ ਹੋਈ ਹੈ, ਅਮਰੂਦ ਖਾ ਲਓ। ਛੋਟੀ ਹੈ ਕਿ ਵੱਡੀ ਹੈ? ਉਹ ਤੁਹਾਡੇ ਕਲਾਸ ਵਾਲੀ ਨਹੀਂ ਹੈਗੀ, ਇਹਦੀ ਹੈ। ਨਹੀਂ ਦਮੂ ਹੋ ਗਏ ਯਾਦ, ਸਿਮਰ ਸਿੰਘ ਤੂੰ ਵੀ ਆ ਰਿਹਾ, ਕੋਈ ਚੱਕਰ ਨਹੀਂ ਨਾ? ਨਹੀਂ ਕੋਈ ਚੱਕਰ, ਬਸ ਫਿਰ ਤਾਂ ਕੋਈ ਚੱਕਰ ਤਾਂ ਆਪਣੇ ਬੰਦਾ ਫਿਰ, ਚਲੋ ਫਿਰ ਬੋਲੋ। ਪੁਸ਼ਪਿੰਦਰ ਸਿੰਘ ਜੀ ਦਾ ਕਮੈਂਟ ਆਇਆ ਜਿਨ੍ਹਾਂ ਜੀ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਭਾਂਜੇ ਦਾ ਬਰਥਡੇ ਹੈ ਇਸ਼ਮੀਤ ਸਿੰਘ ਚਾਹਲ ਦਾ 15 ਜਨਵਰੀ ਨੂੰ, ਸਾਡੇ ਵੱਲੋਂ ਉਹਨੂੰ ਹੈਪੀ ਬਰਥਡੇ ਐਂਡ ਮੇ ਗੋਡ ਬਲੈਸ ਯੂ ਐਂਡ ਯੋਰ ਡੇ ਬਿਕਮ ਵੈਰੀ ਗੁੱਡ ਟੂਡੇ ਐਂਡ ਯੋਰ ਡ੍ਰੀਮਸ ਬਿਕਮ ਟਰੂ ਟੂਡੇ ਐਂਡ ਫੁਲਫਿਲ
ਯੋਰ ਡ੍ਰੀਮਸ। ਦਮੂ ਥੋੜਾ ਭਾਵਨਾਵਾਂ ਚ ਬਹਿ ਗਿਆ ਤੇ ਉਹਨੂੰ ਵਿਚਾਰੇ ਨੂੰ ਕੁਝ ਪਤਾ ਨਹੀਂ ਲੱਗਾ, ਥੋੜਾ ਉਲਝ ਗਿਆ। ਇਟਸ ਓਕੇ ਸ਼ਮੀਤ ਬੇਟਾ, ਫਰੋਮ ਮੀ ਆਲਸੋ ਮੈਨੀ ਮੈਨੀ ਹੈਪੀ ਰਿਟਰਨਸ ਆਫ ਦਾ ਡੇ। ਹੋਪ ਸੋ ਕਿ ਤੁਸੀਂ ਆਪਣੇ ਸਪੈਸ਼ਲ ਦਿਨ ਤੇ ਬਹੁਤ ਜ਼ਿਆਦਾ ਇੰਜੋਏ ਕਰੋ। ਤੇ ਦਮੂ ਤੁਹਾਨੂੰ ਵਿਸ਼ਿਜ਼ ਦਿੰਦਾ ਦਿੰਦਾ ਕਨਫਿਊਜ਼ ਹੋ ਗਿਆ ਸੀਗਾ। ਤੇ ਇੱਕ ਮਿੰਟ ਮੈਂ ਇੱਧਰੋਂ ਵੀ ਕੰਬਾਈਂਡ ਹੀ ਕਰਦਾ। ਇਸ਼ਮੀਤ, ਇਸ਼ਮੀਤ ਦਾ ਬਰਥਡੇ ਪੁਸ਼ਪਿੰਦਰ ਸਿੰਘ ਦਾ ਆਉਂਦੇ ਹੁੰਦੇ ਨਾ ਕਮੈਂਟ, ਉਹਨਾਂ ਦੇ ਭਾਂਜੇ ਦਾ ਬਰਥਡੇ ਆ, ਇਸ਼ਮੀਤ ਹੈ ਉਹਦਾ ਨਾਮ। ਇਹ ਨਹੀਂ ਪਤਾ ਵੀ ਕਿੰਨੇ ਸਾਲ ਦਾ। ਅਸ਼ਮੀਤ ਸਿੰਘ ਜੀ, ਹੈਪੀ ਬਰਥਡੇ ਬਾਸੀ ਫੈਮਿਲੀ ਵੱਲੋਂ। ਰੱਬ ਤੁਹਾਨੂੰ ਤਰੱਕੀਆਂ ਦੇਵੇ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਚੰਗੇ ਚੰਗੇ ਦੁਨੀਆ 'ਤੇ ਆਏ ਹਾਂ ਆਪਾਂ ਚੰਗੇ ਚੰਗੇ ਕੰਮ ਕਰਨ ਵਾਸਤੇ, ਅਤੇ ਖੂਬ ਇੰਜੋਏ ਕਰੋ ਆਪਣਾ ਬਰਥਡੇ। ਅਤੇ ਇੱਕ ਵਾਰੀ ਫਿਰ ਤੋਂ ਬਾਸੀ ਫੈਮਿਲੀ ਵੱਲੋਂ ਹੈਪੀ ਬਰਥਡੇ, ਹੈਪੀ ਬਰਥਡੇ ਬੇਟਾ। ਅਤੇ ਚਲੋ ਜੀ, ਅੱਜ ਇਹਨਾਂ ਪਿਆਰੀਆਂ ਪਿਆਰੀਆਂ ਵਿਸ਼ਿਸ ਦੇ ਨਾਲ ਹੀ ਵਲੋਗ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਹਾਂ, ਅਤੇ ਮਿਲਦੇ ਹਾਂ ਤੁਹਾਨੂੰ ਕਿਸੇ ਨਵੇਂ ਵਲੋਗ ਦੇ ਨਾਲ। ਅਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।